ਨਸ਼ਾ ਛੁਡਾਓ ਕਮੇਟੀ ਦੇ ਮੈਂਬਰ ਤੇ ਫਾਇਰਿੰਗ ਕਰਨ ਵਾਲਾ ਕਾਬੂ। ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਅਬਲੂ ਕੋਟਲੀ ਦੀ ਨਸ਼ਾ ਛੁਡਾਓ ਕਮੇਟੀ ਦੇ ਮੈਂਬਰ ਤੇ ਫਾਇਰਿੰਗ ਕਰਨ ਵਾਲਾ ਕਾਬੂ ਕਰ ਲਿਆ। ਨਾਜਾਇਜ਼ ਅਸਲਾ ਤੇ 7 ਕਾਰਤੂਸ ਵੀ ਫੜੇ ਗਏ। ਇਸ ਤੋਂ ਪਹਿਲਾਂ ਵੀ ਕਥਿਤ ਦੋਸ਼ੀ ਕਰਨਵੀਰ ਸਿੰਘ ਸਿੱਧੂ ਤੇ ਵਾਰ ਖਿਲਾਫ NDPS ਦਾ ਮੁਕੱਦਮਾ ਹੈ ਦਰਜ। ਇਸ ਬਾਬਤ ਪੱਤਰਕਾਰਾਂ ਨਾਲ ਪ੍ਰੈਸ ਕਾਨਫਰੰਸ ਕਰਦੇ ਹੋਏ ਮਾਣਯੋਗ SSP ਸ਼੍ਰੀ ਮੁਕਤਸਰ ਸਾਹਿਬ ਮਨਜੀਤ ਸਿੰਘ ਢੇਸੀ ਨੇ ਦੱਸਿਆ ਹੈ ਕਿ ਸਤਨਾਮ ਉਰਫ ਬੱਬਾ ਪੁੱਤਰ ਮੋਹਨ ਸਿੰਘ ਵਾਸੀ ਕੋਟਲੀ ਅਬਲੂ ਬਰ ਖਿਲਾਫ ਕਰਨਵੀਰ ਸਿੰਘ ਔਰਤ ਹੈਪੀ ਸੰਧੂ ਪੁੱਤਰ ਬਲਰਾਜ ਸਿੰਘ ਵਾਸੀ ਕੋਟਲੀ ਅਬਲੂ ਅਤੇ ਨਾਮਲੂਮ ਵਿਅਕਤੀਆਂ 'ਤੇ ਇੱਕ ਮੁਕੱਦਮਾ ਦਰਜ ਰਜਿਸਟਰ ਹੋਇਆ ਸੀ। ਉਹਨਾਂ ਦੱਸਿਆ ਹੈ ਕਿ ਮਿਤੀ 11/8/2019 ਨੂੰ ਉਕਤ ਕਰੀਬ 4:30 ਸ਼ਾਮ ਦਾ ਹੋਵੇਗਾ ਕਿ ਮੋਦੀ ਆਪਣੇ ਲੜਕੇ ਜਸਨੂਰ ਦੇ ਨਾਲ ਵਾਲ ਕਟਵਾਉਣ ਲਈ ਆਪਣੇ ਪਿੰਡ ਦੇ ਮੇਨ ਬੱਸ ਅੱਡੇ ਕੋਲ ਨਾਈ ਸ਼ਮਿੰਦਰ ਸਿੰਘ ਉਰਫ ਗਗਨਾ ਦੀ ਦੁਕਾਨ 'ਤੇ ਗਿਆ ਸੀ ਅਤੇ ਉੱਥੇ ਉਸੇ ਵਕਤ ਕਰਨਵੀਰ ਸਿੰਘ ਉਰਫ ਹੈਪੀ ਸੰਧੂ ਪੁੱਤਰ ਬੜਲਾ ਸਿੰਘ ਵਾਸੀ ਕੋਟਲੀ ਅਬਲੂ ਦੁਕਾਨ ਦੇ ਅੰਦਰ ਆ ਗਿਆ। ਉਸ ਨੇ ਆਉਂਦੇ ਸਾਰ ਆਪਣੇ ਦਸਤੀ ਪਿਸਤੌਲ ਦੇ ਨਾਲ ਫਾਇਰ ਮਾਰ ਦੇਣ ਦੀ ਨੀਤ ਦੇ ਨਾਲ ਮਾਰਿਆ ਜੋ ਸਤਨਾਮ ਸਿੰਘ ਦੇ ਪੱਟ 'ਤੇ ਲੱਗਾ, ਜਿਸ 'ਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ ਹੈ। ਮੁਕੱਦਮੇ ਦੀ ਤਫਤੀਸ਼ ਇੰਸਪੈਕਟਰ ਅੰਗਰੇਜ਼ ਸਿੰਘ ਮੁੱਖ ਅਫਸਰ ਥਾਣਾ ਕੋਟ ਭਾਈ ਵੱਲੋਂ ਕੀਤੀ ਗਈ ਹੈ। ਇਸ ਦੇ ਦੌਰਾਨ ਹੀ ਤਫਤੀਸ਼ ਮੁਕੱਦਮੇ ਦੇ ਸੰਬੰਧ ਵਿੱਚ ਦੋਸ਼ੀ ਕਰਨਵੀਰ ਸਿੰਘ ਉਰਫ ਹੈਪੀ ਸਿੱਧੂ ਨੂੰ ਮਿਤੀ 13/8/2019 ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਪਾਸੋਂ ਉਕਤ ਮੁਕੱਦਮੇ ਵਿੱਚ ਵਰਤਿਆ ਨਾਜਾਇਜ਼ 32 ਬੋਰ ਪਿਸਤੌਲ ਸਮੇਤ 7 ਕਾਰਤੂਸ ਬਰਾਮਦ ਹੋਏ ਹਨ। ਇਸ ਜੁਰਮ ਵਿੱਚ ਇਸ ਦੇ ਨਾਲ ਸ਼ਾਮਲ ਦੋਸ਼ੀਆਂ ਬਾਰੇ ਤਫਤੀਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਹੈ ਕਿ ਕਥਿਤ ਦੋਸ਼ੀ ਕਰਨਵੀਰ ਸਿੰਘ ਸਿੱਧੂ ਦੇ ਖਿਲਾਫ਼ ਪਹਿਲਾਂ ਵੀ NDPS ਐਕਟ ਦਾ ਮੁਕੱਦਮਾ ਦਰਜ ਹੈ, ਜਿਸ ਵਿੱਚ ਉਸ ਨੂੰ 3 ਸਾਲ ਦੀ ਸਜ਼ਾ ਅਤੇ 10,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ, ਜਿਸ ਦੀ ਜ਼ਮਾਨਤ ਹੋਣਾ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਤੋਂ ਹੋ ਚੁੱਕੀ ਹੈ, ਜਿਸ ਵਿੱਚੋਂ ਸਜ਼ਾ ਦੇ ਖਿਲਾਫ਼ ਅਪੀਲ ਪਾਈ ਗਈ ਹੈ ਜੋ ਪੈਂਡਿੰਗ ਹੈ। ਇਹ ਜਿਹੜਾ ਜੀ 12/8 ਨੂੰ ਸ਼ਾਮੀ 4:30 ਅਸੀਂ ਜਿਹੜਾ ਹੈਗਾ ਇੰਸੀਡੈਂਟ ਹੋਇਆ ਸੀ ਕੋਟਲੀ ਅਬਲੂ ਪਿੰਡ ਦੇ ਵਿੱਚ, ਜਿਹੜਾ ਹੈਗਾ ਸਤਨਾਮ ਨਾਮ ਬੱਬਾ ਨਾਮ ਦੇ ਲੜਕੇ ਦੇ ਉਹਦੇ ਗੋਲੀ ਲੱਗੀ ਸੀ ਪੱਟ ਦੇ ਵਿੱਚ, ਆਪਣੇ ਬੱਚੇ ਦੀ ਹੇਅਰ ਕੱਟ ਕਰਾਉਣ ਗਿਆ ਸੀ ਸ਼ੋਪ ਦੇ ਵਿੱਚ। ਉਹਦੀ ਸਟੇਟਮੈਂਟ 'ਤੇ ਅਸੀਂ ਜਿਹੜੀ ਹੈਗੀ ਆ ਅਸੀਂ FIR ਲੌਂਚ ਕੀਤੀ 307 ਦੀ, ਔਰ ਕਰਨਵੀਰ ਨਾਂ ਦੇ ਲੜਕੇ ਦੇ ਉੱਤੇ ਉਹਨਾਂ ਨੇ ਜਿਹੜੇ ਹੈਗੇ ਆਪਣੀ ਸਟੇਟਮੈਂਟ ਦਰਜ ਕਰਾਈ ਸੀ ਕਿ ਇਸ ਲੜਕੇ ਨੇ ਆ ਕੇ ਗੋਲੀ ਮਾਰੀ ਮੇਰੇ, ਔਰ ਇਹਦੇ ਨਾਲ ਇੱਕ ਨਾਮਲੂ ਵਿਅਕਤੀ ਸੀਗਾ ਉਸ, ਇਹ ਜਿਹੜਾ ਹੈਗਾ ਆ ਇਹਨੂੰ ਅਸੀਂ ਅੱਜ ਅਰੈਸਟ ਕੀਤਾ ਹੈਗਾ ਕਰਨਵੀਰ ਨੂੰ, ਔਰ ਇਹ ਜਿਹੜਾ ਹੈਗਾ ਵੈਪਨ ਵੀ ਰਿਕਵਰ ਕੀਤਾ ਜਿਹਦੇ ਨਾਲ ਇਹਨੇ ਫਾਇਰ ਕੀਤਾ ਸੀਗਾ, ਔਰ ਕੁਛ ਲਾਈਵ ਕਾਰਟੇਜਸ ਹੈਗੇ ਨਾਲ। ਔਰ ਇਹ ਜਿਹੜਾ ਕਰਨਵੀਰ ਜਿਹੜਾ ਹੈਗਾ ਆ ਇਹ ਪਹਿਲਾਂ ਵੀ ਸਜ਼ਾ ਜਾਪਦਾ ਹੈਗਾ, 3 ਸਾਲ ਇਹਨੂੰ ਸਜ਼ਾ ਹੋ ਗਈ ਸੀ NDPS ਦੇ ਮੁਕੱਦਮੇ 'ਚ, ਔਰ ਉਹ ਬੇਲ 'ਤੇ ਬਾਹਰ ਆ। ਔਰ ਸਤਨਾਮ ਜਿਹੜਾ ਹੈਗਾ ਇਹ ਕੋਟਲੀ ਅਬਲੂ 'ਚ ਬੜਾ ਐਕਟਿਵ ਮੈਂਬਰ ਹੈਗਾ ਆ ਸਾਡਾ ਜਿਹੜਾ ਨਸ਼ਾ ਛੁਡਾਊ ਨਿਗਰਾਨ ਕਮੇਟੀ ਦਾ ਪਿੰਡ ਦੇ ਵਿੱਚ, ਔਰ ਇਹਨਾਂ ਨੇ ਬੜਾ ਜਿਹੜਾ ਹੈਗਾ ਕਮੇਟੀ ਮੈਂਬਰਸ ਨੇ ਕਾਫੀ ਅੱਛਾ ਕੰਮ ਕੀਤਾ ਪੁਲਿਸ ਦੇ ਨਾਲ, ਹਮੇਸ਼ਾ ਹੀ ਜਿੱਥੇ ਇੱਥੇ ਇਨਫੋਰਮੇਸ਼ਨ ਸ਼ੇਅਰਿੰਗ ਜਾਂ ਹੋਰ ਚੀਜ਼ਾਂ ਪਿੰਡ ਦੇ ਵਿੱਚ ਜਿਹੜਾ ਸੁਧਾਰ ਲਈ ਨਸ਼ੇ ਨੂੰ ਕੁਛ ਛੁਡਾਉਣ ਵਾਲਿਆਂ ਲਈ ਔਰ ਨਸ਼ੇ ਜਿਹੜੇ ਵੇਚਦੇ ਉਹਨਾਂ ਨੂੰ ਫੜਾਉਣ ਲਈ ਬੜੇ ਸਹਾਈ ਹੋਏ ਆ, ਔਰ ਜਿਹੜਾ ਹੈਗਾ ਅਸੀਂ ਇਹਨਾਂ ਦੇ ਨਾਲ ਜਿਹੜਾ ਬਿਲਕੁਲ ਇਹਨਾਂ ਦੀ ਸਪੋਰਟ 'ਤੇ ਅਸੀਂ ਇਹਨਾਂ ਦੇ ਨਾਲ ਹੈਗੇ ਹਾਂ, ਔਰ ਇਹਨਾਂ ਨੂੰ ਪੂਰਾ ਪ੍ਰੋਪਰ ਆਸ਼ਵਾਸਨ ਅਸੀਂ ਦਿੱਤਾ ਹੈਗਾ ਕਿ ਇਹ ਜਿਹੜੀ ਹੈਗੀ ਕੋਈ ਵੀ ਜਿਹੜਾ ਮਾੜਾ ਆਨਸਰ ਹੈਗਾ ਉੱਥੇ ਅਸੀਂ ਉਹਦੇ ਅਗੇਂਸਟ ਜਿਹੜੀ ਹੈਗੀ ਆ ਠੋਸ ਕਾਰਵਾਈ ਕੀਤੀ। ਹਾਂਜੀ ਫਾਇਰ ਇਹਨੇ ਇੱਕ ਕੀਤਾ, ਉਹ ਲੜਕਾ ਠੀਕ ਠਾਕ, ਲੜਕਾ ਨੂੰ 15 ਅਗਸਤ 'ਤੇ ਜਿਹੜਾ ਹੈਗਾ ਸਨਮਾਨਿਤ ਕਰ ਰਿਹਾ। ਦੂਸਰੇ ਵਿੱਚ ਵੀ ਜਿਹੜਾ ਹੈਗਾ ਸਾਡਾ ਜੀ, ਉਹਦੇ ਵਿੱਚ ਵੀ ਸਾਡੀਆਂ ਪਾਰਟੀਜ਼ ਬਣੀਆਂ ਹੋਈਆਂ, ਸਾਡੇ DSP D ਜਿਹੜੇ ਹੈਗੇ ਆ ਉਹ ਇਸ ਕੇਸ ਨੂੰ ਉਹਨੂੰ ਸੁਪਰਵਾਈਜ਼ ਨਾਲ ਕਰ ਰਿਹਾ SP ਮਲੋਰ, ਔਰ ਜਲਦੀ ਉਹਦੇ 'ਚ ਸਾਨੂੰ ਅਸੀਂ ਕਰ ਦਾਂਗੇ। 5 ਮੈਂਬਰ ਉਹਦੇ ਫੈਮਿਲੀ ਦੇ ਆ ਔਰ 2 ਉਹਨਾਂ ਦੇ ਦੋਸਤ ਆ।